ਸਸ਼ੀਕਲ ਪਿਆਰੇ ਬੱਚਿਓ ਅੱਜ ਆਪਾਂ ਪੰਜਾਬੀ ਦੀ ਵਰਕਸ਼ੀਟ ਨੰਬਰ 2 ਕਰਨ ਜਾ ਰਹੇ ਹਾਂ ਇਹ ਤੁਹਾਡੀ ਪਹਿਲੀ ਜਮਾਤ ਦੀ ਵਰਕਸ਼ੀਟ ਹੈ ਆਓ ਸ਼ੁਰੂ ਕਰੀਏ ਪਹਿਲਾ ਪ੍ਰਸ਼ਨ ਆ ਤਸਵੀਰ ਲਈ ਸਹੀ ਅੱਖਰ ਚੁਣੋ ਬੇਟਾ ਤੁਹਾਨੂੰ ਚਾਰ ਤਸਵੀਰਾਂ ਦਿੱਤੀਆਂ ਹੋਈਆਂ ਆ ਉਹਦੇ ਨੀਚੇ ਤੁਹਾਨੂੰ ਅੱਖਰ ਦਿੱਤੇ ਹੋਏ ਨੇ ਜਿਵੇਂ ਪਹਿਲਾ ਹੈ ਹਾਥੀ ਦੀ ਤਸਵੀਰ ਹੈ ਉਹਦੇ ਨੀਚੇ ਤੁਹਾਨੂੰ ਅੱਖਰ ਦਿੱਤੇ ਹੋਏ ਆ ਹਾ ਹਾ ਤੇ ਈ ੜੀ ਜਿਹੜਾ ਹਾਥੀ ਹੈ ਉਹ ਕਿਹ ਤੋਂ ਬੰਦਾ ਹਾ ਹਾ ਹਾਥੀ ਤਾਂ ਆਪਾਂ ਹਾ ਹੀ ਅੱਖਰ ਅੱਗੇ ਟਿੱਕ ਲਗਾਵਾਂਗੇ ਉਸੇ ਤਰ੍ਹਾਂ ਅੱਗੇ ਹੈ ਊਠ ਸ ਸ ਊੜਾ ਊੜਾ ਊਠ ਉਸ ਤੋਂ ਬਾਅਦ ਹੈ ਚਚਾ ਛਛਾ ਦੇਖੋ ਤਸਵੀਰ ਕਾਦੀ ਹੈ ਚੀੜੀ ਦੀ ਚਚਾ ਚੀੜੀ ਉਸ ਤੋਂ ਬਾਅਦ ਹੈ ਖਖਾ ਤੇ ਕਕਾ ਤਸਵੀਰ ਦੇ ਵਿੱਚ ਦੇਖੋ ਕੀ ਹੈ ਕੁਰਸੀ ਤਾਂ ਕੀ ਹੁੰਦਾ ਕਕਾ ਕੁਰਸੀ ਕੱਕੇ ਅੱਗੇ ਟਿੱਕ ਲਗਾਵਾਂਗੇ ਦੂਸਰਾ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ ਬੇਟਾ ਇਹਦੇ ਵਿੱਚ ਤੁਹਾਨੂੰ ਊੜੇ ਆੜੇ ਦੀ ਇੱਕ ਲਾਈਨ ਦਿੱਤੀ ਹੋਈ ਐ 70 ਦਿੱਤੀ ਹੋਈ ਐ ਉਹਦੇ ਵਿੱਚ ਤੁਸੀਂ ਦੇਖਣਾ ਕਿ ਕਿਹੜਾ ਅੱਖਰ ਪਹਿਲਾ ਆਉਂਦਾ ਹੈ ਕਿਹੜਾ ਅੱਖਰ ਬਾਅਦ ਵਿੱਚ ਆਉਂਦਾ ਊ ਪਹਿਲਾ ਹੈ ਊੜਾ ਐੜਾ ਉਸ ਤੋਂ ਬਾਅਦ ਖਾਲੀ ਥਾਂ ਐੜੇ ਤੋਂ ਬਾਅਦ ਕੀ ਆਉਂਦਾ ਈੜੀ ਫਿਰ ਹੈ ਸਸਾ ਸਸੇ ਤੋਂ ਬਾਅਦ ਖਾਲੀ ਥਾਂ ਸਸੇ ਬਾਅਦ ਕੀ ਆਉਂਦਾ ਹਾ ਹਾ ਹਾਂਜੀ ਬੇਟਾ ਅੱਗੇ ਐ ਊੜਾ ਊੜੇ ਤੋਂ ਬਾਅਦ ਕੀ ਆਉਂਦਾ ਐੜਾ ਐੜੇ ਤੋਂ ਬਾਅਦ ਈੜੀ ਦਿੱਤੀ ਹੋਈ ਐ ਇਹੀ ਤੋਂ ਬਾਅਦ ਹੁੰਦਾ ਸਸਾ ਫਿਰ ਹਾ ਹਾ ਆਪਾਂ ਨੂੰ ਦਿੱਤਾ ਹੋਇਆ ਹੈ ਇਸੇ ਤਰ੍ਹਾਂ ਤੁਹਾਨੂੰ ਕੋਈ ਵੀ ਲਾਈਨ ਆਉਗੀ ਉਹਨੂੰ ਪੂਰਾ ਕਰਨਾ ਹੈ ਅਗਲਾ ਪ੍ਰਸ਼ਨ ਹੈ ਰੰਗ ਭਰੋ ਅਤੇ ਤਸਵੀਰ ਨਾਲ ਸੰਬੰਧਿਤ ਅੱਖਰ ਲਿਖੋ ਬੇਟਾ ਤੁਹਾਨੂੰ ਤਿੰਨ ਤਸਵੀਰਾਂ ਦਿੱਤੀਆਂ ਹੋਈਆਂ ਹਨ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਰੰਗ ਭਰਨੇ ਨੇ ਜਿਵੇਂ ਪਹਿਲੀ ਤਸਵੀਰਾਂ ਦੇਖੋ ਝੰਡੇ ਦੀ ਆਪਣਾ ਤਿਰੰਗਾ ਝੰਡਾ ਨਾ ਉਹਦੇ ਵਿੱਚ ਕਿਹੜੇ-ਕਿਹੜੇ ਰੰਗ ਹੁੰਦੇ ਆ ਸਭ ਤੋਂ ਪਹਿਲਾਂ ਹੁੰਦਾ ਕੇਸਰੀ ਰੰਗ ਫਿਰ ਵਾਈਟ ਕਲਰ ਹੁੰਦਾ ਉਸ ਤੋਂ ਬਾਅਦ ਹੁੰਦਾ ਗ੍ਰੀਨ ਕਲਰ ਤੇ ਜੋ ਵਿਚਾਲੇ ਚੱਕਰ ਦਿੱਤਾ ਹੋਇਆ ਜਿਹਨੂੰ ਆਪਾਂ অশੋਕ ਚੱਕਰ ਕਹਿੰਦੇ ਆ ਉਹਦੇ ਵਿੱਚ ਨੀਲਾ ਰੰਗ ਭਰਨਾ ਉਸ ਤੋਂ ਬਾਅਦ ਹੈ ਟਮਾਟਰ ਟਮਾਟਰ ਤੁਹਾਨੂੰ ਪਤਾ ਹੀ ਹੈ ਕਿਹੜੇ ਰੰਗ ਦਾ ਹੁੰਦਾ ਹੈ ਲਾਲ ਰੰਗ ਦਾ ਉਸ ਤੋਂ ਬਾਅਦ ਛਤਰੀ ਛਤਰੀ ਦੇ ਵਿੱਚ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਰੰਗ ਭਰ ਸਕਦੇ ਹੋ ਅਗਲਾ ਪ੍ਰਸ਼ਨ ਆ ਬੱਚੋ ਆਓ ਸੁੰਦਰ ਲਿਖੀਏ ਬੇਟਾ ਇਹਦੇ ਵਿੱਚ ਜੋ ਤੁਹਾਨੂੰ ਅੱਖਰ ਦਿੱਤੇ ਹੋਏ ਨੇ ਉੱਤੇ ਉਹਨੂੰ ਤੁਸੀਂ ਸੋਹਣੀ ਸੋਹਣੀ ਲਿਖਾਈ ਦੇ ਵਿੱਚ ਲਾਈਨਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਲਿਖ ਕੇ ਦਿਖਾਣਾ ਉਸ ਤੋਂ ਬਾਅਦ ਹੈ ਛੇਵਾਂ ਪ੍ਰਸ਼ਨਾ ਸ਼ਬਦ ਬਣਾਓ ਗੋਲਾ ਲਗਾਓ ਬੇਟਾ ਤੁਹਾਨੂੰ ਅੱਖਰ ਦਿੱਤੇ ਹੋਏ ਨੇ ਕਈ ਉਹਨਾਂ ਅੱਖਰਾਂ ਨੂੰ ਤੁਸੀਂ ਮਿਲਾ-ਮਿਲਾ ਕੇ ਗੋਲਾ ਲਗਾ ਕੇ ਅੱਖਰ ਸ਼ਬਦ ਬਣਾਣੇ ਨੇ ਜਿਵੇਂ ਦੇਖੋ ਪਹਿਲਾ ਹੈ ਸ ਸ ਡਾ ਡਾ ਕ ਕੀ ਬਣ ਗਿਆ ਸੜਕ ਤਾਂ ਆਪਾਂ ਸੜਕ ਦੇ ਉੱਪਰ ਇੱਕ ਗੋਲ ਚੱਕਰ ਲਗਾ ਦਾਂਗੇ ਉਸ ਤੋਂ ਬਾਅਦ ਜਿਵੇਂ ਹ ਹ ਸ ਸ ਹੱਸ ਠੀਕ ਹੈ ਮ ਮ ਲ ਲ ਮਲ ਇਸ ਤਰ੍ਹਾਂ ਤੁਹਾਨੂੰ ਦੋ ਅਖਰੀ ਤਿੰਨ ਅਖਰੀ ਜੋ ਵੀ ਤੁਹਾਨੂੰ ਸ਼ਬਦ ਮਿਲਦਾ ਇਹਦੇ ਵਿੱਚ ਤੁਸੀਂ ਉਹ ਸ਼ਬਦ ਬਣਾ ਕੇ ਉਹਦੇ ਉੱਪਰ ਗੋਲ ਚੱਕਰ ਲਗਾ ਦੇਣਾ ਸਤਵਾਂ ਪ੍ਰਸ਼ਨ ਹੈ ਬੇਟਾ ਮਿਲਾਨ ਕਰੋ ਇਹਦੇ ਵਿੱਚ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਨੂੰ ਤਸਵੀਰਾਂ ਦਿੱਤੀਆਂ ਹੋਈਆਂ ਤੇ ਆਪਾਂ ਨੂੰ ਸ਼ਬਦ ਦਿੱਤੇ ਹੋਏ ਨੇ ਆਪਾਂ ਤਸਵੀਰਾਂ ਨੂੰ ਸ਼ਬਦ ਨਾਲ ਮਿਲਾਨਾ ਜਿਵੇਂ ਦੇਖੋ ਪਹਿਲਾ ਹੈ ਘਰ ਕ ਘ ਰ ਰ ਘਰ ਘਰ ਨਾਲ ਮਿਲਾ ਦੇਣਾ ਉਸ ਤੋਂ ਬਾਅਦ ਹੈ ਤਰ ਤ ਤ ਰ ਰ ਤਰ ਤਰ ਨਾਲ ਮਿਲਾ ਦਾਂਗੇ ਉਸ ਤੋਂ ਬਾਅਦ ਹੈ ਜਲ ਜ ਜ ਲ ਲ ਜਲ ਬੇਟਾ ਅੱਗੇ ਦੇਖੋ ਇੱਕ ਅੱਖਰ ਰਹਿ ਗਿਆ ਆਪਣੇ ਕੋਲੇ ਸ਼ਬਦ ਜਲ ਜ ਜਲ ਲਲਾ ਜਲ ਜਲ ਕਿੱਥੇ ਹੈ ਦੇਖੋ ਬੇਟਾ ਗਲਾਸ ਦੇ ਵਿੱਚ ਪਾਣੀ ਹੈ ਪਾਣੀ ਨੂੰ ਕੀ ਕਹਿੰਦੇ ਆ ਆਪਾਂ ਜਲ ਇਹਨੂੰ ਜਲ ਨਾਲ ਮਿਲਾ ਦੇਣਾ ਤੇ ਬੇਟਾ ਆਪਣੀ ਜਿਹੜੀ ਇਹ ਵਰਕਸ਼ੀਟ ਸੀਗੀ ਉਹ ਪੂਰੀ ਹੋ ਚੁੱਕੀ ਹੈਗੀ ਇਸ ਨੂੰ ਤੁਸੀਂ ਧਿਆਨ ਨਾਲ ਇਹਦੀ ਦੁਹਰਾਈ ਕਰਨੀ ਹੈ ਤੇ ਇਹਨੂੰ ਆਪਣੀ ਨੋਟਬੁੱਕ ਦੇ ਉੱਪਰ ਉਤਾਰ ਲੈਣਾ ਫਿਰ ਅਗਲੀ ਆਪਾਂ ਜਲਦੀ ਹੀ ਅਗਲੀ ਐਕਸਰਸਾਈਜ਼ ਸ਼ੁਰੂ ਕਰਾਂਗੇ ਥੈਂਕ ਯੂ ਧੰਨਵਾਦ